ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ, ਮੇਰਾ ਨਾਂ ਰਾਣਾ ਲੰਬੜਦਾਰ, ਪਿੰਡ ਮੇਰਾ ਹਰੀਪੁਰ ਆਦਮਪੁਰ ਦੇ ਨੇੜੇ। ਮੈਂ ਮੈਲਬੋਰਨ ਆਸਟ੍ਰੇਲੀਆ ਰਹਿੰਦਾ ਅਤੇ ਮੇਰਾ ਬੇਟਾ ਬਣਿਆ, ਮੇਰਾ ਮੁੰਡਾ ਬਣਿਆ ਪੰਜਾਬੀ ਵਿੱਚ, ਐਜ ਏ ਫਾਦਰ ਮੇਰੀ ਰਿਸਪੈਕਟ ਕਰਦਾ। ਜਦੋਂ ਅਸੀਂ ਉੱਥੇ ਗਏ ਸੀਗੇ ਖੇਡਣ, ਡੋਪ ਟੈਸਟ ਦਾ ਕੋਈ ਰੌਲਾ ਨਹੀਂ ਸੀਗਾ, ਇਸ ਬੰਦੇ ਨੇ ਖੇਡਣਾ ਸੀ ਸਰਹਾਲ ਰਣੂਆਂ ਦੇ ਵਿੱਚ। ਮੇਰੀ ਜਵਾਨ ਵੀ ਪਾਲੇ ਨਾ ਹੋਈ ਸੀਗੀ, ਇਹਦੀ ਜਵਾਨ ਵੀ ਪਾਲੇ ਨਾ ਹੋਈ ਸੀ। ਉੱਥੇ ਲਾਸਟ ਮਿੰਟ 'ਤੇ ਇਹ ਗੱਲ ਹੋਈ ਕਿ ਜੀ ਡੋਪ ਟੈਸਟ ਕਰਾਉਣਾ ਪੈਣਾ ਜੇ ਸਰਹਾਲ ਰਣੂਆਂ ਖੇਡਣਾ ਸੀਗਾ। ਡੋਪ ਟੈਸਟ ਦਾ ਟਾਈਮ ਲੰਘ ਗਿਆ, ਜਿਹਦਾ ਬਈ ਕੋਈ ਵੀ ਚੱਕਰ ਆ। ਜੇ ਕਹਿੰਦੇ ਬਈ ਤੁਸੀਂ ਰੋਇਲ ਕਿੰਗ USA ਦੀ ਟੀਮ ਵਿੱਚ ਖੇਡਣਾ, ਤੁਹਾਡਾ ਕੋਈ ਡੋਪ ਟੈਸਟ ਨਹੀਂ ਹੋਊਗਾ। ਉੱਥੇ ਮੈਨੂੰ ਵੀ ਬਲੈਕਮੇਲ ਕਰ ਰਹੇ ਸੀਗੇ ਬੰਦੇ, ਇਹਨੂੰ ਵੀ ਬਲੈਕਮੇਲ ਫਿਊਚਰ ਵਿੱਚ, ਕਿਉਂਕਿ ਇਹ ਬੰਦਾ ਫਰੀ ਆ, ਮੈਂ ਵੀ ਫਰੀ ਸੀਗਾ ਕਿ ਜਿਹੜੀ ਮਰਜ਼ੀ ਫੋਟੇਸ਼ਨ ਲਈ ਖੇਡੇ। ਸਿਰਫ ਜੋ ਪੋਲੀਟਿਕਸ ਖੇਡੀ ਗਈ ਆ ਉੱਥੇ ਕਿ ਡੋਪ ਟੈਸਟ ਦਾ ਰੌਲਾ, ਇਹ ਬੰਦਾ ਪ੍ਰੋਫੈਸ਼ਨਲ ਅਥਲੀਟ ਆ, ਇਕੱਲੀ ਕਬੱਡੀ ਨਹੀਂ ਖੇਡਦਾ, ਵਰਲਡ ਲੈਵਲ ਦੀ UFC ਖੇਡਦਾ, ਰੈਸਲਿੰਗ ਕਰਦਾ ਆ। ਪਹਿਲੀ ਵਾਰੀ ਨਹੀਂ ਕੋਈ ਡੋਪ ਟੈਸਟ ਕਰਾਉਣਾ, ਜਾਂ ਡੋਪ ਟੈਸਟ ਉਹਨਾਂ ਹੱਟਦਾ ਸੀਗਾ। ਜਿਹੜਾ ਉਹਨਾਂ ਦਾ ਸਿਸਟਮ ਸੀ ਡੋਪ ਟੈਸਟ ਕਰਨ ਦਾ, ਉਹ ਅਨਪ੍ਰੋਫੈਸ਼ਨਲ ਸੀ। ਇਹ ਆ ਵਰਲਡ ਲੈਵਲ ਦਾ ਐਥਲੀਟ, ਕੱਲ੍ਹ ਨੂੰ ਕੋਈ ਗਲਤ ਚੀਜ਼ ਹੋ ਗਈ, ਸਾਰੀ ਉਮਰ ਲਈ ਬੰਦੇ 'ਤੇ ਬੈਨ ਲੱਗ ਜਾਣਾ, ਬੰਦੇ ਦਾ ਨਾਮ ਬਣਾਉਣ। ਅੱਜ ਅਸੀਂ ਇੱਥੇ ਆਏ ਹਾਂ, ਬੜਾ ਵਧੀਆ ਲੱਗਾ ਇਹਨੂੰ ਜਾ ਕੇ, ਕਿਹਾ ਦੇਖ ਤੂੰ ਹੈਪੀ ਆ, ਟੈਸਟ ਕਰਾਉਣ ਲਈ ਡੋਪ ਟੈਸਟ ਕਰਾਇਆ। ਸਾਨੂੰ ਨਹੀਂ ਪਤਾ ਸੀ ਕੀ ਪੋਲੀਟਿਕਸ ਚੱਲਦੀ ਆ, ਅਸੀਂ ਆ ਕਬੱਡੀ ਨੂੰ ਪਿਆਰ ਕਰਦੇ, ਸਾਡੇ ਨੂੰ ਜਿਹੜੀ ਮਰਜ਼ੀ ਫੈਡਰੇਸ਼ਨ ਲਈ ਖੇਡੇ, ਪਰ ਇਹ ਨਹੀਂ ਕਿ ਤੁਸੀਂ ਪੋਲੀਟਿਕਸ ਇਹੋ ਜਿਹੇ ਖੇਡੋ, ਪਲੇਅਰ ਦਾ ਫਿਊਚਰ ਖਰਾਬ ਕਰ ਦਿਓ। ਨਹੀਂ ਜੀ, ਦੂਜੀ ਫੈਡਰੇਸ਼ਨ ਨਹੀਂ ਖੇਡਣ ਦੇਣਾ, ਉੱਧਰ ਨਹੀਂ ਖੇਡਣ ਦੇਣਾ, ਨਾ ਕਬੱਡੀ ਨੂੰ ਤਾਂ ਲੈ ਕੇ ਜਾਣਾ। ਇਹੋ ਜਿਹੀਆਂ ਪੋਲੀਟਿਕਸਾਂ ਛੱਡੋ, ਜਿੱਦਾਬਾਜ਼ੀਆਂ ਛੱਡੋ, ਕਬੱਡੀ ਬਾਰੇ ਵਧੀਆ ਸੋਚੋ, ਪੋਲੀਟਿਕਸ ਨਾ ਖੇਡੋ, ਕਿਸੇ ਦੇ ਧੀ ਪੁੱਤ ਦਾ ਫਿਊਚਰ ਨਾ ਕਬੱਡੀ 'ਚ ਖਰਾਬ ਕਰੋ। ਆਪਣੀ ਈਗੋ ਦੀ ਖਾਤਰ ਜਾਂ ਪੈਸੇ ਦੀ ਖਾਤਰ ਇਹ ਮਾੜਾ ਕੰਮ ਨਾ ਕਰੋ, ਪਲੀਜ਼ ਰੱਬ ਤੋਂ ਡਰੋ। ਥੈਂਕ ਯੂ ਵੈਰੀ ਮਚ। Hey, what's up guys? I'm here today. I just did my dope test. The reason why I didn't test the other day at the tournament was because there was a lot of politics involved. I don't run away from a dope test. I'm a professional athlete. You know, I've done things athletically my whole life in college, where I've always been tested, and I completely agree with being tested. I'm okay with there being testing in this sport, and I agree with it. And so this is professional. This is a professional environment where a test can be done. At the tournament, it was not professional, and there were so many politics going on that because of the politics, I was not allowed to play. But I was ready to play, and I was ready to test in a professional environment.